ਐਮਐਲਏ ਸਾਹਿਬ ਕੀ ਕਹੋਗੇ ਅੱਜ ਜਿਹੜਾ ਚੈੱਕ ਜਿਹੜੇ ਵੱਡੇ ਆ ਮੁਆਵਜ਼ੇ ਦੇ? ਦੇਖੋ, ਜੋ ਹੜ੍ਹ ਆਇਆ ਸੀ ਫਾਜ਼ਿਲਕਾ ਇਲਾਕੇ ਦੇ ਵਿੱਚ, ਜਾਂ ਪਿਛਲੇ ਸਮੇਂ ਭਾਰੀ ਬਾਰਿਸ਼ਾਂ ਹੋਈਆਂ ਸੀ, ਉਹਨਾਂ ਨਾਲ ਕਈ ਲੋਕਾਂ ਦੇ ਘਰ, ਉਹਨਾਂ ਦੇ ਮਕਾਨ ਡਿੱਗ ਗਏ ਸੀ, ਨੁਕਸਾਨ ਹੋ ਗਿਆ ਸੀ। ਉਹਨਾਂ ਦਾ ਮੁਆਵਜ਼ਾ ਜਿਹੜਾ ਤਕਰੀਬਨ 5 ਕਰੋੜ ਜੋ ਬਣਦਾ ਸੀ ਹਲਕਾ ਫਾਜ਼ਿਲਕਾ ਦੇ ਵਿੱਚ, ਉਹ ਮੁਆਵਜ਼ਾ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਭੇਜਿਆ ਗਿਆ, ਔਰ ਉਹਨਾਂ ਦੀ ਜਿਹੜੀ ਵੰਡ ਅਸੀਂ ਪਿਛਲੇ ਹਫ਼ਤੇ ਸ਼ੁਰੂ ਕੀਤੀ ਸੀ, ਔਰ ਅੱਜ ਵੀ ਜਿਹੜੇ ਹੋਰ ਪਿੰਡਾਂ ਦੇ ਜਿਹੜਾ ਨੁਕਸਾਨ ਹੋਇਆ ਸੀ ਲੋਕਾਂ ਦੇ ਘਰਾਂ ਦਾ, ਉਹ ਨੁਕਸਾਨ ਦਾ ਮੁਆਵਜ਼ਾ ਅੱਜ ਫਿਰ ਵੰਡਿਆ ਗਿਆ। ਜਿਸ ਤਰ੍ਹਾਂ ਸਾਡੇ ਡਿਪਾਰਟਮੈਂਟ ਕੋਲ ਤਹਿਸੀਲਦਾਰ ਸਾਹਿਬ ਦੇ ਦਫ਼ਤਰ ਦੇ ਵਿੱਚ ਜਿਹੜੇ ਉਹਨਾਂ ਦੇ ਖਾਤਾ ਨੰਬਰ ਨੇ ਪਹੁੰਚ ਰਹੇ ਨੇ, ਜਿਵੇਂ ਜਿਵੇਂ ਹੀ ਖਾਤਾ ਨੰਬਰ ਪਹੁੰਚ ਰਹੇ ਨੇ ਤਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਮੁਆਵਜ਼ੇ ਦੇ ਜਿਹੜੇ ਸੈਂਕਸ਼ਨ ਲੈਟਰ ਨੇ ਉਹ ਦਿੱਤੇ ਜਾ ਰਹੇ ਨੇ। ਇਹ ਮੁਆਵਜ਼ਾ ਸਿੱਧਾ ਜਿਹੜਾ ਵੀ ਕਿਸੇ ਦਾ ਨੁਕਸਾਨ ਹੋਇਆ ਉਸ ਲਾਭਪਾਤਰੀ ਦੇ ਖਾਤੇ ਦੇ ਵਿੱਚ ਜਾਂਦਾ। ਤਾਂ ਅੱਜ ਵੀ ਕੁਝ ਹੋਰ ਜਿਹੜੇ ਸਾਡੇ ਕੋਲ ਖਾਤਾ ਨੰਬਰ ਪਹੁੰਚੇ ਸੀਗੇ ਸਾਡੇ ਡਿਪਾਰਟਮੈਂਟ ਕੋਲ, ਤਾਂ ਉਹ ਜਿਹੜੇ ਸੈਂਕਸ਼ਨ ਲੈਟਰ ਉਹਨਾਂ ਨੂੰ ਦਿੱਤੇ ਗਏ ਹੈ, ਔਰ ਇਹਨਾਂ ਦੇ ਖਾਤੇ ਦੇ ਵਿੱਚ ਹੁਣ ਜਿਹੜਾ ਜਿਨ੍ਹਾਂ ਦਾ ਕੋਈ ਮਕਾਨ ਡਿੱਗ ਗਿਆ ਸੀ ਜਾਂ ਨੁਕਸਾਨ ਹੋ ਗਿਆ ਸੀ, 1,20,000 ਰੁਪਇਆ ਪ੍ਰਤੀ ਮਕਾਨ ਜਿਹੜਾ ਵੰਡਿਆ ਜਾ ਰਿਹਾ ਇਹਨਾਂ ਦੇ ਖਾਤੇ ਦੇ ਵਿੱਚ ਪੈ ਰਿਹਾ। ਐਮਐਲਏ ਸਾਹਿਬ, ਤੁਸੀਂ ਵੀ ਜਿਹੜਾ ਹੜ੍ਹਾਂ ਦੇ ਵਿੱਚ ਕਾਫੀ ਕੰਮ ਕੀਤਾ, ਬੜੇ ਹਾਲਾਤ ਜਿਹੜੇ ਸੀ ਉਦੋਂ ਬੜੇ ਮਾੜੇ ਸੀ, ਤਾਂ ਅੱਜ ਇਹਨਾਂ ਨੂੰ ਮੁਆਵਜ਼ਾ ਮਿਲ ਰਿਹਾ, ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾ ਰਿਹਾ, ਤਾਂ ਤੁਹਾਡਾ ਇਹਦੇ 'ਤੇ ਕੀ ਕਹਿਣਾ ਸਰਕਾਰ ਦੇ ਕੰਮ ਨੂੰ ਲੈ ਕੇ? ਦੇਖੋ, ਮੈਂ ਉਸ ਸਮੇਂ 2 ਮਹੀਨੇ ਜਿਹੜਾ ਪਾਣੀ ਇਹਨਾਂ ਪਿੰਡਾਂ ਦੇ ਵਿੱਚ ਸਾਡਾ ਬਾਰਡਰ ਪੱਟੀ ਦੇ ਪਿੰਡਾਂ ਦੇ ਵਿੱਚ ਚੱਲਦਾ ਰਿਹਾ, ਸਤਲੁਜ ਦਰਿਆ ਦਾ ਪਾਣੀ ਕਈ ਕਈ ਫੁੱਟ ਉੱਚਾ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਘਰਾਂ ਤੱਕ ਪਹੁੰਚਿਆ, ਤਾਂ ਉਹਦੇ ਨਾਲ ਕਾਫੀ ਨੁਕਸਾਨ ਹੋਇਆ ਸੀ। ਤਾਂ ਮੈਂ ਆਪ 2 ਮਹੀਨੇ ਉਹਨਾਂ ਪਿੰਡਾਂ ਦੇ ਵਿੱਚ ਆਪ ਜਾਂਦਾ ਰਿਹਾ, ਕਿਸ਼ਤੀਆਂ ਰਾਹੀਂ ਰਾਸ਼ਨ ਲੈ ਕੇ ਜਾਂਦੇ ਰਹੇ ਹਾਂ, ਲੰਗਰ ਲੈ ਕੇ ਜਾਂਦੇ ਰਹੇ ਹਾਂ, ਪੀਣ ਵਾਲਾ ਪਾਣੀ ਲੈ ਕੇ ਜਾਂਦੇ ਰਹੇ ਹਾਂ, ਜਿਹੜੇ ਪਸ਼ੂ ਨੇ ਉਹਨਾਂ ਲਈ ਫੀਡ ਹੈ ਉਹ ਪਹੁੰਚਾਉਂਦੇ ਰਹੇ ਹਾਂ, ਜਾਂ ਕੋਈ ਹੋਰ ਤਰਪੈਲਾਂ ਨੇ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੁੰਦੀ ਸੀ ਲੋਕਾਂ ਨੂੰ, ਉਹ ਅਸੀਂ ਪਹੁੰਚਾਉਂਦੇ ਰਹੇ ਹਾਂ 2 ਮਹੀਨੇ ਲਗਾਤਾਰ ਉੱਥੇ ਰਹਿ ਕੇ ਪਾਣੀ ਦੇ ਵਿੱਚ ਜੀ। ਔਰ ਉਸ ਸਮੇਂ ਜਦੋਂ ਪਾਣੀ ਆਇਆ ਉਸ ਸਮੇਂ ਵੀ ਬਹੁਤ ਸਾਰੇ ਜਿਹੜੇ ਘਰਾਂ ਦਾ ਨੁਕਸਾਨ ਹੋਇਆ, ਘਰ ਡਿੱਗ ਗਏ ਸੀ, ਕਈਆਂ ਦੇ ਹੋਰ ਨੁਕਸਾਨ ਹੋ ਗਿਆ ਸੀ। ਜਦੋਂ ਪਾਣੀ ਨਿਕਲਿਆ ਤਾਂ ਕੜਕਦੀ ਧੁੱਪ ਦੇ ਕਾਰਨ ਉਸ ਤੋਂ ਬਾਅਦ ਵੀ ਕਈ ਘਰਾਂ ਦਾ ਨੁਕਸਾਨ ਹੋ ਗਿਆ, ਜਿਹੜੇ ਸਲਾਬੇ ਹੋਏ ਘਰ ਸੀਗੇ। ਤਾਂ ਉਸ ਤੋਂ ਬਾਅਦ ਜਿਹੜੀ ਇਨਕੁਆਇਰੀ ਕੀਤੀ ਗਈ ਸਾਡੇ ਤਹਿਸੀਲਦਾਰ ਫਾਜ਼ਿਲਕਾ ਦੇ ਦਫ਼ਤਰ ਵੱਲੋਂ, ਉਹਨਾਂ ਦੇ ਜਿਹੜੇ ਥੱਲੇ ਮੁਲਾਜ਼ਮ ਨੇ ਉਹਨਾਂ ਵੱਲੋਂ, ਅਤੇ ਉਹ ਸਾਰੀ ਇਨਕੁਆਇਰੀ ਹੋ ਕੇ ਜਦੋਂ ਚੰਡੀਗੜ੍ਹ ਹੈੱਡ ਦਫ਼ਤਰ ਪਹੁੰਚੀ, ਤਾਂ ਉੱਥੇ ਜਦੋਂ ਮੈਂ ਆਪ ਜਾ ਕੇ ਚੰਡੀਗੜ੍ਹ ਦਫ਼ਤਰ ਜਿਹੜੇ ਉੱਥੇ ਸਾਡੇ ਹੈਗੇ ਨੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਕੇ ਜਿੰਨਾ ਜਲਦੀ ਹੋਇਆ ਇਹ ਜਿਹੜਾ ਮੁਆਵਜ਼ਾ ਹੈ ਲਿਆ ਕੇ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਹਦੀ ਜਿੰਨੀ ਭਰਪਾਈ ਹੋ ਸਕਦੀ ਹੈ ਉਨੀ ਆਪਦੇ ਵੱਲੋਂ ਮੈਂ ਕੋਸ਼ਿਸ਼ ਕੀਤੀ ਹੈ। ਹੁਣ ਪਿੱਛੇ ਵੀ ਜਿਹੜੀ ਬਾਰਿਸ਼ ਆਈ ਹੈ ਪਿਛਲੇ ਦਿਨਾਂ ਦੇ ਵਿੱਚ, ਉਹਦੇ ਵਿੱਚ ਵੀ ਸਾਨੂੰ ਪਤਾ ਲੱਗਿਆ ਕਈ ਭਾਰੀ ਬਾਰਿਸ਼ ਦੇ ਕਾਰਨ ਕਈ ਲੋਕਾਂ ਦੇ ਜਿਵੇਂ ਮਕਾਨ ਨੁਕਸਾਨ ਹੋਇਆ, ਜਿਵੇਂ ਘਰਾਂ ਦਾ ਨੁਕਸਾਨ ਹੋਇਆ, ਤਾਂ ਉਹਦੀ ਵੀ ਜਿਹੜੀ ਅਸੀਂ ਇਨਕੁਆਇਰੀ ਕਰਾ ਰਹੇ ਹਾਂ। ਅਤੇ ਉਹ ਵੀ ਘਬਰਾਉਣ ਨਾ, ਜੇ ਕਿਸੇ ਦਾ ਵੀ ਕੁਦਰਤੀ ਆਪਦਾ ਦੇ ਕਾਰਨ ਜਾਂ ਭਾਰੀ ਬਾਰਿਸ਼ ਦੇ ਕਾਰਨ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਜਿਹੜਾ ਮੁਆਵਜ਼ਾ ਹੈ ਉਹਦਾ ਵੀ ਦਿੱਤਾ ਜਾਏਗਾ।
ਅੱਜ ਕਿਹੜੇ ਕਿਹੜੇ ਪਿੰਡਾਂ ਦੇ ਲੋਕਾਂ ਦੇ ਜਿਹੜੇ ਚੈੱਕ ਵੰਡੇ ਗਏ ਜੀ? ਅੱਜ ਜਿਵੇਂ ਭਾਰੀ ਬਾਰਿਸ਼ ਪਿਛਲੇ ਸਾਲ ਹੋਈ ਸੀ, ਕਰਨੀ ਖੇੜਾ ਪਿੰਡ ਹੈ, ਮੰਡੀ ਹਜੂਰ ਸਿੰਘ ਪਿੰਡ ਹੈ, ਪਿੰਡ ਲਾਦੂਕਾ ਹੈ ਔਰ ਲੱਖੇ ਕਿਉਤਾੜ ਹੈ, ਤੇਜਾ ਰੋਹੇਲਾ ਪਿੰਡ ਹੈ ਨਵਾਂ ਸਲੇਮਸ਼ਾਹ, ਔਰ ਇਹਨਾਂ ਨਵਾਂ ਸਲੇਮਸ਼ਾਹ ਵਗੈਰਾ ਇਹਨਾਂ ਪਿੰਡਾਂ ਦੇ ਵਿੱਚ ਜਿਹੜੀ ਬਰਸਾਤ ਕਾਰਨ ਮਕਾਨ ਡਿੱਗੇ ਸੀ ਉਹਨਾਂ ਦਾ ਮੁਆਵਜ਼ਾ ਹੈ, ਔਰ ਜਿਹੜਾ ਤੇਜਾ ਰੋਹੇਲਾ ਪਿੰਡ ਹੈ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਹੜ੍ਹ ਆਇਆ ਸੀ ਉਸ ਕਾਰਨ ਮਕਾਨ ਡਿੱਗੇ ਸੀ ਉਹਨਾਂ ਦਾ ਮੁਆਵਜ਼ਾ ਪਾਇਆ ਗਿਆ, ਔਰ ਇਹ ਜਿਹੜਾ ਇਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਹੈ ਚਲਾ ਜਾਏਗਾ, ਔਰ ਜਿਹੜਾ ਆਪਦੇ ਮਕਾਨ ਹੈ ਦੁਬਾਰਾ ਫਿਰ ਇਹ ਸਾਡੇ ਲੋਕ ਬਣਾ ਸਕਣਗੇ। ਇਸ ਕਿੰਨੇ ਕੁ ਲੋਕਾਂ ਨੂੰ ਚੈੱਕ ਜਿਹੜੇ ਵੰਡੇ ਗਏ ਹੈ? ਔਰ 55 ਚੈੱਕ ਵੰਡੇ ਗਏ ਜੀ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਜੀ। 1,20,000 ਰੁਪਇਆ ਪ੍ਰਤੀ ਮਕਾਨ ਦੀ ਦਰ ਨਾਲੇ ਪੈਸੇ ਦਿੱਤੇ ਜਾ ਰਹੇ ਹੈ ਜੀ। ਮੈਕਸੀਮਮ ਪੈਸੇ ਜਿਹੜੇ 1,20,000 ਹੈ ਮੈਕਸੀਮਮ ਹੀ ਦਿੱਤੇ ਜਾ ਰਹੇ ਹੈ। ਅੱਜ ਤੋਂ ਕਦੇ ਨਹੀਂ ਹੋਇਆ ਇੰਨੀ ਅਮਾਊਂਟ ਕਦੇ ਕਿਸੇ ਤਹਿਸੀਲ ਨੂੰ ਆਈ ਹੋਵੇ। ਸਾਡੇ ਵੇਖਦੇ ਹਾਂ ਕਰੋੜ ਸਵੇ ਕਰੋੜ ਤੋਂ ਉੱਤੇ ਕਦੇ ਪੈਸੇ ਨਹੀਂ ਆਏ ਜੀ। ਜਿਹੜੇ ਇਸ ਵਾਰੀ 5 ਕਰੋੜ ਆਇਆ ਤਾਂ ਬੜੀ ਜਲਦੀ ਬਹੁਤ ਜਲਦੀ ਨਾਲ ਆਏ ਜੀ। ਇਹ ਇਹਨਾਂ ਦੀ ਮਿਹਨਤ ਸਦਕਾ ਅਤੇ ਇਹਨਾਂ ਦੀ ਕਾਰਵਾਈ ਸਦਕਾ ਹੈ। ਕੀ ਲੋਕ ਪਹੁੰਚ ਕਰ ਰਹੇ ਆ, ਖਾਤੇ ਵਗੈਰਾ ਨੰਬਰ ਦੇ ਰਹੇ ਜਲਦੀ? ਖਾਤੇ ਆ ਰਹੇ ਜੀ, ਅਸੀਂ ਪੁਰਾਣੀਆਂ ਦੀਆਂ ਡਿਊਟੀਆਂ ਵੀ ਲਾਈਆਂ ਹੋਈਆਂ ਨੇ ਜੀ, ਖਾਤੇ ਕਲੈਕਟ ਕਰ ਰਹੇ ਹਾਂ ਜੀ, ਆ ਰਹੇ ਜਿਵੇਂ ਜਿਵੇਂ ਖਾਤੇ ਅਸੀਂ ਉਵੇਂ ਲਿਸਟਾਂ ਭੇਜਦੇ। ਠੀਕ ਹੈ। ਅੰਗਰੇਜ਼ ਸਿੰਘ ਨਾਮ ਹੈ ਮੇਰਾ ਜੀ ਅੰਗਰੇਜ਼ ਜੀ ਕਿਸ ਤਰ੍ਹਾਂ ਦੇ ਨਾਲ ਤੁਸੀਂ ਪਹੁੰਚੋ ਵਿਧਾਇਕ ਸਾਹਿਬ ਸਾਡਾ ਪਿੰਡ ਤੀਜਰ ਵੇਲਾ ਜੀ ਪਿਛਲੇ ਸਾਲ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਹੜ੍ਹ ਦੇ ਕਾਰਨ ਬਹੁਤ ਸਾਰੇ ਨੁਕਸਾਨ ਹੋਇਆ ਸੀ ਅੱਜ ਐ
ਸਾਡੇ ਨੂੰ ਚੈੱਕ ਮਿਲੇ ਨੇ ਅੱਜ 10 ਤੋਂ 12 ਲੋਕਾਂ ਨੂੰ ਲੈ ਕੇ ਆਇਆ ਜੀ, ਜਿਨ੍ਹਾਂ ਦੀ ਕਿ 1,20,000 ਰੁਪਏ ਅਮਾਊਂਟ ਹੈ ਜਿਹੜੇ ਮਕਾਨਾਂ ਦੀ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ। ਔਰ ਅਸੀਂ ਧੰਨਵਾਦ ਕਰਦੇ ਹਾਂ ਨਰਿੰਦਰਪਾਲ ਸਮਲਾ ਜੀ ਦਾ, ਜਿਨ੍ਹਾਂ ਨੇ ਕਿ ਇੰਨੀ ਜਲਦੀ ਦੇ ਨਾਲ ਇਹ ਜਿਹੜੇ ਆ ਲੋਕਾਂ ਦੇ, ਗਰੀਬ ਲੋਕਾਂ ਦੇ ਮਕਾਨਾਂ ਦੀ ਜਿਹੜੀ ਰਾਸ਼ੀ ਹੈ ਜਲਦ ਤੋਂ ਜਲਦ ਸਾਨੂੰ ਮੁਹੱਈਆ ਕਰਾਈ ਹੈ। ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਕੀ ਕਹੋਗੇ ਜੀ? ਬੜੇ ਖੁਸ਼ ਹਾਂ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਕਿ ਜਿਨ੍ਹਾਂ ਨੇ ਪਹਿਲੀ ਵਾਰ ਇਹ ਆਹਮਣੇ ਸਾਹਮਣੇ ਹੋ ਕੇ ਲੋਕਾਂ ਨੂੰ ਚੈੱਕ ਦਿੱਤੇ ਆ। ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਉਹਨਾਂ ਨੂੰ ਦੇਖਿਆ ਗਿਆ ਕਿ ਉਹ ਲੁਕਾ ਛੁੱਪੀ ਜਾਂ ਖੇਲ ਜਾਂ ਖੇਲਦੇ ਆ, ਪਰ ਇਹ ਸਾਡੇ ਔਨਲਾਈਨ ਜਿਹੜੇ ਆ ਚੈੱਕ ਜਿਹੜੇ ਦੇ ਰਹੇ ਆ ਨਾਲ ਪੇਮੈਂਟ ਦੇ ਰਹੇ ਆ ਵੀ ਉਹਨਾਂ ਦੇ ਅਕਾਊਂਟ ਵਿੱਚ ਸਿੱਧੀ ਪੇਮੈਂਟ ਜਾ ਰਹੀ ਹੈ ਤਾਂ ਜੋ ਕੋਈ ਵੀ ਕੋਈ ਕਪਲਾ ਵਗੈਰਾ ਨਾ ਹੋ ਜਾਵੇ। ਇਸ ਦਾ ਜੀ ਬੜਾ ਅੱਜ ਸਾਡੇ ਲੋਕਾਂ ਵਾਸਤੇ ਬਾਗਾਂ ਵਾਲਾ ਦਿਨ ਹੈ। ਪਿਛਲੇ ਸਾਲ ਅੱਜ ਕੱਲ੍ਹ ਦੇ ਦਿਨਾਂ ਵਿੱਚ ਜਿਹੜੀ ਕਰੋਪੀ ਆਈ ਸੀ, ਉਸ ਕਰੋਪੀ ਦਾ ਜਿਹੜਾ ਪੰਜਾਬ ਸਰਕਾਰ ਨੇ ਅੱਜ ਕਰਜ਼ਾ ਲਾਇਆ, ਕਿਉਂਕਿ ਲੋਕਾਂ ਦੇ ਅਜੇ ਵੀ ਮਕਾਨ ਡਿੱਗੇ ਪਏ ਨੇ, ਲੋਕ ਆਪਣੇ ਪੈਰਾਂ 'ਤੇ ਖੜ੍ਹੇ ਨਹੀਂ ਹੋ ਸਕੇ ਕਿਉਂਕਿ ਫਸਲ ਵੀ ਮਾਰੀ ਗਈ, ਮਕਾਨ ਵੀ ਡਿੱਗੇ। ਅਤੇ ਅਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਦਾ, ਸਾਡੇ MLA ਸਾਹਿਬ ਦਾ, ਇਹਨਾਂ ਦੀ ਵੀ ਮਿਹਨਤ ਸਦਕਾ ਜਿਹੜਾ 4,93,00,000 ਰੁਪਈਆ ਫਾਜ਼ਿਲਕਾਬਾਦ 'ਤੇ, ਇਕੱਲੇ ਫਾਜ਼ਿਲਕਾਬਾਦ 'ਤੇ ਆਇਆ। ਅਤੇ ਅਸੀਂ ਹਾਈਕਮਾਂਡ ਦਾ ਵੀ ਧੰਨਵਾਦ ਕਰਨੇ, ਪੰਜਾਬ ਸਰਕਾਰ ਦਾ, ਸਾਡੇ MLA ਸਾਹਿਬ ਦਾ ਵੀ, ਅਤੇ ਇਹਨਾਂ ਤੋਂ ਜਿਹੜਾ ਮਾਫ਼ੀ ਮੰਗ ਰਿਹਾ ਵੀ ਤੁਹਾਨੂੰ ਪੈਸੇ ਜਿਹੜੇ ਲੇਟ ਮਿਲੇ ਨੇ, ਅਤੇ ਇਹ ਤੁਸੀਂ ਪੈਸਿਆਂ ਦੀ ਜਿਹੜੇ ਤੁਹਾਨੂੰ ਮਿਲੀ ਹੈ ਕੰਪਨਸੇਸ਼ਨ ਦਿੱਤਾ ਸਰਕਾਰ ਨੇ, ਇਹਨਾਂ ਦੀ ਸਹੀ ਵਰਤੋਂ ਕਰਕੇ ਆਪਣੇ ਮਕਾਨ ਬਣਾਵਣ, ਕੋਈ ਨਸ਼ਿਆਂ ਦੇ ਜਾਂ ਕਿਸੇ ਗਲਤ ਕੰਮ 'ਚ ਪੈਸੇ ਦੀ ਵਰਤੋਂ ਨਾ ਕੀਤੀ। ਅੰਕਲ ਮਾਹੌਲ ਕੀ ਹੁੰਦਾ ਸੀ ਉਦੋਂ ਜਦੋਂ ਤੁਸੀਂ ਜਾਂਦੇ ਸੀ ਰਾਸ਼ਨ ਵਗੈਰਾ ਲੈ ਕੇ? ਜੀ ਉਸ ਟਾਈਮ ਤਾਂ ਸਾਨੂੰ ਇਹਨਾਂ ਇੰਨੀ ਆਫ਼ਤ ਤਾਂ ਮੇਰਾ ਖਿਆਲ ਹੈ 65 ਸਾਲ ਉਮਰ ਮੇਰੀ ਹੋ ਗਈ, ਇੰਨੀ ਆਫ਼ਤ ਮੈਂ ਨਹੀਂ ਅੱਜ ਤੱਕ ਵੇਖੀ। 2 ਮਹੀਨੇ ਲਗਾਤਾਰ ਪਾਣੀ ਚੱਲਿਆ, ਲੋਕਾਂ ਦੇ ਲੋਕੀ ਹਿੰਮਤੀ ਨੇ ਕਿਉਂਕਿ ਹਰ ਵਾਰੀ ਇਹ ਜੰਗ ਦਾ ਵੀ ਮੁਕਾਬਲਾ ਕਰਦੇ ਨੇ, ਹੜ੍ਹਾਂ ਦਾ ਮੁਕਾਬਲਾ ਵੀ ਇਹ ਕਰਦੇ ਨੇ, ਕਿਉਂਕਿ ਇਹ ਜਿਹੜਾ ਨਾ ਇਹ ਇੱਕ ਤਰ੍ਹਾਂ ਮਤਲਬ ਕਿ ਆਪਣੇ
ਨਾ ਮਤਲਬ ਸਰਦੇ ਕਰਕੇ ਉੱਥੇ ਜਿਹੜਾ ਬਾਰਡਰ ਨੂੰ ਕਾਇਮ ਕੀਤੀ ਬੈਠੀ। ਹਾਂਜੀ ਹਾਂਜੀ, ਬਾਕੀ ਇਹਨਾਂ ਦੀ ਵਿਚਾਰਿਆਂ ਦੀ ਵੀ ਮਜਬੂਰੀ ਸੀ ਅਤੇ ਅੱਜ ਜਿਹੜਾ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਨਾ ਵੀ ਇਹ ਜਿਹੜੀ ਮਿਲੀ ਹੈ ਰਕਮ ਇਹਨੂੰ ਸਹੀ ਤਰੀਕੇ ਨਾਲ ਜਿਹੜਾ ਆਪਣੇ ਕੰਮ ਵਾਸਤੇ ਲਾ। ਕਿਹੜਾ ਪਿੰਡ ਹੈ ਤੁਹਾਡਾ? ਅੱਛਾ, ਇਹ ਮਕਾਨ ਡਿੱਗ ਪਿਆ ਤੁਹਾਡਾ? ਅੱਛਾ, ਕਦੋਂ ਡਿੱਗਿਆ ਸੀ? ਪਾਣੀ ਚ ਡਿੱਗਿਆ। ਅੱਛਾ, ਤਿੰਨ ਮਕਾਨ ਡਿੱਗ ਪਏ? ਅੱਛਾ, ਤੇ ਅੱਜ ਫਿਰ ਮੁਆਵਜ਼ਾ ਮਿਲਿਆ ਤਾਂ ਕੀ ਕਹੋਗੇ ਸਰਕਾਰ ਨੂੰ? ਅੱਜ ਜਿਹੜਾ ਚੈੱਕ ਮਿਲਿਆ ਫਿਰ ਕੀ ਕਹੋਗੇ ਸਰਕਾਰ ਨੂੰ? ਤੁਸੀਂ ਵਧੀਆ ਕਹਾਂਗੇ, ਹੁਣ ਮਿਲ ਗਿਆ, ਗੁੱਡਾ ਮੁੱਕ ਗਿਆ ਪਾਣੀ ਵਿੱਚ, ਮੱਝ ਮਾਰ ਗਈ ਪਾਣੀ ਵਿੱਚ, ਗੁਰਦੁਆਰਾ ਪਾਣੀ ਮੁੜ ਆ ਗਿਆ। ਦੋ ਮਹੀਨਿਆਂ ਬਾਅਦ, ਕਿੰਨਾ ਮਹੀਨਿਆਂ ਬਾਅਦ ਪਾਠ ਕਰਾਇਆ, ਬੜੇ ਮੰਦੇ ਹਾਲ ਸਾਡੇ ਹੋਏ ਨੇ, ਸਾਨੂੰ ਤਾਂ ਕੱਖ ਨਹੀਂ ਬਚਾ, ਅਸੀਂ ਕਣਕ ਵੀ ਨਹੀਂ ਬੀਜੀ, ਇੰਨਾ ਪਾਣੀ ਲਿਆ, ਸਾਰਾ ਸਿਆਲ ਪਾਣੀ ਲਿਆ, ਕਣਕ ਦੋ ਵਾਰ ਬੀਜੀ, ਬਸ ਮੁੱਕ ਜਾਂਦੀ ਸੀ ਵਿੱਚ ਪਾਣੀ ਹੈਗਾ। ਤੇ ਹੁਣ ਇਸ ਵਾਰੀ ਫਸਲ ਫਿਰ ਲਾਈ ਹੈ? ਹਾਂ, ਫਸਲ ਲਾਈ ਲਾਈ ਹੈ। ਤੇ ਹੁਣ ਅੱਜ ਕਿੰਨੇ ਦਾ ਚੈੱਕ ਮਿਲਿਆ ਤੁਹਾਨੂੰ? ਆਲੂ ਵੀ 1,20,000। 1,20,000 ਜੀ। ਹਰਬੰਸ ਸਿੰਘ। ਕਿਹੜਾ ਪਿੰਡ ਹੈ ਜੀ ਤੁਹਾਡਾ? ਮੰਡੀ ਯੂਰ ਸਿੰਘ। ਅੱਛਾ, ਕਿਵੇਂ ਆਏ ਸੀ ਇੱਥੇ ਅੱਜ ਤੁਸੀਂ? ਇੱਥੇ ਆਏ ਸੀ ਮਕਾਨਾਂ ਭਰੂ ਜੀ। ਜੀ, ਮਕਾਨਾਂ ਭਰੂ ਆਏ ਸੀ, ਮਕਾਨ ਡਿੱਗ ਗਿਆ ਸੀ। ਹਾਂ, ਤੇ ਮਕਾਨ ਦਾ ਮੁਆਵਜ਼ਾ ਲੈਣ ਆਇਆ। ਕਿੰਨਾ ਮੁਆਵਜ਼ਾ ਮਿਲਿਆ ਅੱਜ? 1,20,000। ਅੱਛਾ, ਸਾਰਾ ਮਕਾਨ ਡਿੱਗ ਪਿਆ ਸੀ? ਸਾਰਾ ਹੀ ਡਿੱਗਾ ਪਿਆ ਸੀ, ਮੁੱਦਾ ਉਵੇਂ ਖੜਾ ਜੀ। ਇਹ ਬਾਰਿਸ਼ ਚ ਡਿੱਗਿਆ ਸੀ? ਹਾਂ। ਅੱਛਾ, ਤੇ ਫਿਰ ਕੀ? ਪਹਿਲਾਂ ਹੜ ਆਇਆ ਸੀ ਦਾ। ਪਹਿਲਾਂ ਹੜ ਆਇਆ ਸੀ? ਹਾਂ, ਉਹਦਾ। ਅੱਛਾ, ਤੁਹਾਡੇ ਪਿੰਡ ਤੱਕ ਪਾਣੀ ਪਹੁੰਚ ਗਿਆ ਸੀ ਉਦੋਂ? ਪਾਣੀ ਜੀ ਬਾਰਿਸ਼ ਨਾਲ ਡਿੱਗ ਪਿਆ ਸੀ, ਬਾਰਿਸ਼ ਬੜੀ ਜ਼ੋਰ ਦੀ ਹੈਗੀ ਸੀ। ਅੱਛਾ, ਬਾਰਿਸ਼ ਹੋ। ਕੱਚਾ ਹੈਗਾ ਸੀ ਕਾਨਿਆਂ ਦੀ ਛੱਤ ਪਾਈ ਸੀ। ਕੱਚਾ ਹੈਗਾ ਸੀ, ਖੁਰ ਖੁਰ ਕੇ ਡਿੱਗ ਪਿਆ ਸਾਰਾ। ਅੱਛਾ, ਐਮ ਐਲ ਸਾਹਿਬ ਨੂੰ ਕਿਹਾ ਤੇ ਲਿਖਾਇਆ ਸਾਨੂੰ, ਉਹਨੂੰ ਤਹਿਸੀਲਦਾਰ ਨੂੰ ਦੇ ਸਾਹ ਪਾਸ ਹੋ ਕੇ, ਤੇ ਹੁਣ ਸਾਨੂੰ ਐਮਨ ਸਾਹਿਬ ਨੇ ਚੰਡੀਗੜ੍ਹ ਪੈਸੇ ਲਿਆ ਕੇ ਦਿੱਤੇ ਨੇ। ਸਰਕਾਰ ਦੇ ਧੰਨਵਾਦ ਕਰਨੇ ਆ, ਸਰਕਾਰ ਕਿਹੜਾ ਜਨਤਾ ਨੂੰ ਡਿੱਗੇ ਡੱਟੇ ਮਕਾਨਾਂ ਦਾ ਕੋਈ ਮੁਆਵਜ਼ਾ ਦਿੱਤੀ ਜਾਂਦੀ ਆ।